अज साडा सुखबीर सिंह ने इन्हों का असी कैनेडा स्टडी वीजा लिया। सब तो खुशी वाली गल है कि इन्होंने आयल्स भी साढ़े को की थी, अज वीजा भी असी इन्हों लैके दिता है। ਸੁਖਬੀਰ ਮੈਂ ਪੁੱਛਣਾ ਚਾਹੁੰਦਾ ਤੁਸੀਂ ਕਿਹੜਾ ਪ੍ਰੋਗਰਾਮ ਚੂਜ਼ ਕੀਤਾ ਸੀ? ਸਰ ਮੈਂ ਹੋਸਪਿਟੈਲਿਟੀ ਪ੍ਰੋਗਰਾਮ ਚੂਜ਼ ਕੀਤਾ ਸੀ ਤੇ ਫੈਨਸ਼ਾ ਕਾਲਜ ਸੀ। ਓਕੇ, ਇਹਨਾਂ ਨੇ ਫੈਨਸ਼ਾ ਕਾਲਜ 2020 ਚ ਇਹਨਾਂ ਨੇ ਪਲੱਸ 2 ਕੀਤੀ ਸੀ ਤੇ ਕਿੰਨੇ ਪਰਸੈਂਟ ਨੰਬਰ ਸੀ ਤੁਹਾਡੇ? 76। 76 ਆਰਟਸ ਵਾਲੇ ਜਿਹੜੇ ਸਟੂਡੈਂਟਸ ਨੂੰ ਬੜਾ ਚੈਲੰਜਿੰਗ ਰਹਿੰਦਾ ਕਿ ਵੀਜ਼ਾ ਲੈਣਾ, ਲੇਕਿਨ ਇਹਨਾਂ ਦਾ ਕਿਉਂਕਿ ਉਹ ਆਰਟਸ ਵਾਲੇ ਲਈ ਹੋਸਪਿਟੈਲਿਟੀ, ਹੋਟਲ ਮੈਨੇਜਮੈਂਟ ਜਾਂ ਕਲਨਰੀ ਮੈਨੇਜਮੈਂਟ ਇਦਾਂ ਦੇ ਕੁਝ ਪ੍ਰੋਗਰਾਮ ਹੁੰਦੇ ਨੇ ਜਿਹੜੇ ਉਹਦੇ ਨਾਲ ਰਿਲੇਟਡ ਹੁੰਦੇ ਨੇ, ਤੇ ਉਹਦੇ ਵਿੱਚ ਹੀ ਇਹਨਾਂ ਨੇ ਅਪਲਾਈ ਕੀਤਾ ਸੀ ਫੈਨਸ਼ਾ ਕਾਲਜ ਦੇ ਵਿੱਚ ਤੇ ਅੱਜ ਇਹਨਾਂ ਦਾ ਕੈਨੇਡਾ ਸਟੱਡੀ ਵੀਜ਼ਾ ਲਿਆ ਸੀ। ਤੇ ਮੈਂ ਭਾਈ ਸਾਹਿਬ ਨੂੰ ਪੁੱਛਣਾ ਚਾਹੁੰਦਾ ਤਾਂ ਸਰਵਿਸਿਜ਼ ਕਿੱਦਾਂ ਲੱਗੀਆਂ ਸਾਨੂੰ? ਹਾਂਜੀ, ਸਾਨੂੰ ਜੀ ਬੈਲ ਸਰਵਿਸ ਦੀ ਤਰਫ ਤੋਂ ਬਹੁਤ ਵਧੀਆ ਲੱਗੀਆਂ ਸਾਨੂੰ। ਤੁਸੀਂ ਕਿ ਥੋੜੇ ਟਾਈਮ ਸਾਡਾ ਵੀਜ਼ਾ ਆ ਕੇ ਖੁਸ਼ ਹੋ ਗਏ ਜੀ। ਔਰ ਤੁਹਾਨੂੰ ਕੋਈ ਪ੍ਰੋਪਰ ਗਾਈਡੈਂਸ ਮਿਲਦੀ ਰਹੀ ਹੈ? ਹਾਂਜੀ, ਬਿਲਕੁਲ ਸਾਰੀ ਸਾਨੂੰ ਪੂਰਾ ਜਾਣਕਾਰੀ ਸਾਨੂੰ ਮਿਲਦੀ ਰਹੀ ਜੀ। ਓਕੇ, ਹਾਂਜੀ, ਸਟਾਫ ਵੀ ਗੁੱਡ ਸੀਗਾ, ਸਟਾਫ ਵੀ ਗੁੱਡ ਸੀਗਾ ਜੀ, ਸਾਰਾ ਜੀ ਵੀ ਸੀਗਾ ਉਹਨਾਂ ਦਾ, ਤੇ ਹਮੇਸ਼ਾ ਹੀ ਕਾਲ ਬੈਕ ਕਰ ਲੈਂਦੇ ਜਦੋਂ ਬਿਜ਼ੀ ਹੁੰਦੇ ਸੀਗੇ। ਇਹੀ ਸਾਡਾ USP ਹੈਗੀ ਕਿ ਸਾਡੀ ਇਵਨ ਅਸੀਂ ਆਫਿਸ ਆਵਰਸ ਤੋਂ ਬਾਅਦ ਵੀ ਸਟੂਡੈਂਟਸ ਨੂੰ ਉਹਨਾਂ ਦੇ ਰਿਪਲਾਈ ਕਰਦੇ ਰਹਿੰਦੇ ਹਾਂ। ਜੇ ਸਟਾਫ ਬਿਜ਼ੀ ਹੈ ਤਾਂ ਵੀ ਕਾਲ ਰਿਵਰਟ ਬੈਕ ਕਰਦਾ ਜ਼ਰੂਰ। ਪਲੱਸ ਅਸੀਂ ਸਾਡਾ ਜਿਹੜਾ ਪੂਰਾ ਜਿਹੜਾ ਸਿਸਟਮ ਹੈ ਪੂਰਾ ਟਰਾਂਸਪੇਰੈਂਟ ਹੈ, ਕੋਈ ਵੀ ਚੀਜ਼ ਹੋਵੇ ਸਟੂਡੈਂਟ ਨੂੰ ਪ੍ਰੋਪਰ ਗਾਈਡ ਕਰੀਏ ਕਿ ਆਹ ਜਗ੍ਹਾ ਪ੍ਰੋਗਰਾਮ ਅਪਲਾਈ ਕਰ ਰਿਹਾ, ਇੰਨੀ ਫੀਸ ਹੈ, ਸਾਰੀਆਂ ਚੀਜ਼ਾਂ ਪੂਰਾ ਉਹਨਾਂ ਨੂੰ ਪ੍ਰੋਪਰ ਚੈਨਲ ਦੱਸੀ ਦਾ ਵੀ ਹੁਣ ਤੁਹਾਡੀ GIC ਹੋ ਗਈ, ਹੁਣ ਤੁਹਾਡਾ ਨੈਕਸਟ ਅੱਜ ਤੁਹਾਡੀ ਫਾਈਲ ਲੋਜ ਹੋ ਗਈ, ਹੁਣ ਤੁਸੀਂ ਬਾਇਓਮੈਟ੍ਰਿਕ ਕਰਾਉਣੀ, ਹਰ ਇੱਕ ਚੀਜ਼ ਪ੍ਰੋਪਰ ਟਾਈਮ 'ਤੇ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਦੇ ਨਾਲ ਸਟੂਡੈਂਟਸ ਨੂੰ ਦੱਸੀਦਾ। ਸਭ ਤੋਂ ਜ਼ਰੂਰੀ ਹੈ ਜਿਹੜਾ ਸਾਡਾ ਸਟਰੋਂਗ ਪੁਆਇੰਟ ਹੋਏਗਾ ਫਾਈਲਿੰਗ, ਕਿ ਫਾਈਲਿੰਗ ਸਾਡੀ 3 ਜਗ੍ਹਾ ਚੈੱਕ ਹੁੰਦੀ ਹੈ। ਪਹਿਲੇ ਸਾਡੇ ਜਿਹੜੇ ਫਾਈਲਿੰਗ ਆਫਿਸਰ ਉਹ ਚੈੱਕ ਕਰਦੇ, ਫਿਰ ਸਾਡੇ ਮੈਨੇਜਰ 3rd ਸਟੇਜ 'ਤੇ, ਹਰ SOP ਮੈਂ ਖੁਦ ਚੈੱਕ ਕਰਦਾ, ਚਾਹੇ ਉਹ ਸਾਡੀ ਜਲੰਧਰ ਬ੍ਰਾਂਚ ਹੈ, ਚਾਹੇ ਲੁਧਿਆਣਾ ਬ੍ਰਾਂਚ ਹੈ, ਚਾਹੇ ਬਠਿੰਡਾ ਬ੍ਰਾਂਚ ਹੈ, ਮੈਂ ਹਰ ਸਟੂਡੈਂਟ ਦੀ SOP ਮੈਂ ਖੁਦ ਫਾਈਨਲ ਕਰਦਾ। ਔਰ ਅਗਰ ਫਾਈਲ ਵੀ ਲਾਂਚ ਹੋਣ ਤੋਂ ਪਹਿਲਾਂ ਵੀ ਇੱਕ ਵਾਰੀ ਫਾਈਨਲੀ ਚੈੱਕ ਕਰੀਦਾ ਕਿ ਹੋਰ ਵੀ ਕੋਈ ਕਮੀ ਪੇਸ਼ੀ ਤਾਂ ਨਹੀਂ ਹੈਗੀ, ਅਤੇ ਉਹਦੇ ਕਰਕੇ ਹੀ ਸਾਡੀ ਜਿਹੜੀ ਵੀਜ਼ਾ ਸਕਸੈਸ ਹੈ ਅੱਜ ਦੀ ਡੇਟ 'ਚ ਵੀ 98% ਵੀਜ਼ਾ ਸਕਸੈਸ ਹੈ, ਜਦਕਿ ਕੈਨੇਡਾ 'ਚ ਦੇਖਿਆ ਜਾਏ ਤਾਂ ਪਿੱਛੇ 50% ਤੱਕ ਰਿਫਿਊਜ਼ਲ ਸੀ, ਹੁਣ ਵੀ ਕਾਫੀ ਰਿਫਿਊਜ਼ਲਸ ਆ ਰਹੀਆਂ, ਲੇਕਿਨ ਸਾਡਾ ਜਿਹੜਾ ਬੈਲਸ ਓਵਰਸੀਜ਼ ਦਾ ਵੀਜ਼ਾ ਸਕਸੈਸ ਹੈ 98% ਹੈ। ਉਹਦਾ ਕਾਰਨ ਇਹ ਹੈ ਕਿ ਸਾਡੀ ਸਟਰੋਂਗ ਫਾਈਲਿੰਗ, ਔਰ ਆਪਾਂ ਫਾਈਲ 'ਤੇ ਪੂਰੀ ਮਿਹਨਤ ਕਰਦੇ ਹਾਂ, ਪੂਰੀ ਡੈਡੀਕੇਸ਼ਨ ਨਾਲ ਪੂਰੀ ਫਾਈਲ ਕਰਦੇ ਹਾਂ। ਅਤੇ ਇੱਕ ਵਾਰੀ ਫਿਰ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਇਹ ਅੱਜ ਤੁਹਾਡਾ ਵੀਜ਼ਾ ਕੈਨੇਡਾ ਦਾ। ਥੈਂਕ ਯੂ ਸਰ।